ਮਿਤੀ 6/5 ਨੂੰ ਜਿਹੜਾ ਗੋਲੀ ਦੀ ਇੰਸੀਡੈਂਟ ਹੋਈ ਸੀਗੀ, ਮੁੰਡਾ ਜਿਹਦਾ ਨਾਮ ਮਨਪ੍ਰੀਤ ਸਿੰਘ ਸੀਗਾ, ਉਹਨੇ ਕੁੜੀ ਨੂੰ ਗੋਲੀਆਂ ਮਾਰੀਆਂ ਸੀ ਪਹਿਲੇ, ਫਿਰ ਉਸਨੇ ਆਪ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀਗੀ। ਉਸ ਸੰਬੰਧ ਵਿੱਚ ਅਸੀਂ 174 ਪ੍ਰੋਸੀਡਿੰਗ ਲਿਆਉਂਦੀ ਸੀਗੀ। ਹੁਣ ਅੱਜ ਕੁੜੀ ਦੀ ਜਿਹੜੀ ਇਨਫੋਰਮੇਸ਼ਨ ਆਈ ਹੈ ਸੱਤਿਅਮ ਹੋਸਪਿਟਲ ਦੇ ਵਿੱਚੋਂ, ਜਿਹੜੇ ਜ਼ੇਰੇ ਇਲਾਜ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ, ਅਤੇ ਵਾਰਸਾਂ ਨਾਲ ਟਾਈਅਪ ਕਰਕੇ ਉਹਨਾਂ ਦੀ ਜਿਹੜੀ ਹੈ ਬੋਡੀ ਅਸੀਂ ਸਿਵਲ ਹੋਸਪਿਟਲ ਪੋਸਟਮਾਰਟਮ ਵਾਸਤੇ ਜਮ੍ਹਾਂ ਕਰਵਾਈ ਹੈ, ਅਤੇ ਪੋਸਟਮਾਰਟਮ ਕਰਾ ਕੇ ਅਤੇ ਫਰਦਰ ਪ੍ਰੋਸੀਡਿੰਗ ਜਿਹੜੀ ਹੈ ਉਹ ਅਮਲ ਵਿੱਚ ਲਿਆਂਦੀ ਜਾਊਗੀ। ਰਿਵੋਲਵਰ ਦੀ ਜਿਹੜੀ ਜਾਂਚ ਹੈ ਉਹ ਹਾਲੇ ਤੱਕ ਚੱਲ ਰਹੀ ਹੈ ਜੀ। ਇਹ ਜੀ ਬੜੀਆਂ ਇਸ ਬਾਰੇ ਮੈਂ ਕੁਛ ਕਹਿ ਨਹੀਂ ਸਕਦਾ, ਸੁਪਰਸਟੀਸ਼ਨ ਚੀਜ਼ਾਂ ਹੈਗੀ ਜਿਹੜੀ ਪ੍ਰੈਕਟੀਕਲ ਹੈ ਕਿ ਉਹਨਾਂ ਨੂੰ ਗੋਲੀ ਲੱਗੀ ਸੀਗੀ ਅਤੇ ਗੋਲੀ ਕਾਰਨ ਹੀ ਡੈਥ ਹੋਈ ਹੈ, ਇਹ ਡਾਕਟਰ ਨੇ ਲਿਖਿਆ ਹੋਇਆ ਕਿ ਇਹਦੇ ਬਾਰੇ ਹਾਲੇ ਤੱਕ ਮੈਂ ਕੁਛ ਕਹਿ ਨਹੀਂ ਸਕਦਾ ਜੀ। 174 ਦੀ ਕਾਰਵਾਈ ਹੁਣ ਵੀ ਅਸੀਂ ਅਮਲ 'ਚ ਲਿਆ ਰਹੇ ਹਾਂ, ਪੇਰੈਂਟਸ ਦੀ ਸਟੇਟਮੈਂਟ ਲੈ ਕੇ ਕਰ ਰਹੇ ਹਾਂ ਅਸੀਂ, ਅਤੇ ਅਕੋਰਡਿੰਗਲੀ ਅਗੇ ਐਕਸ਼ਨ। ਉਹਦਾ ਪਰਪਸ ਦੇਖੋ ਜੀ, ਪਹਿਲਾਂ ਹੀ ਕਲੀਅਰ ਹੈਗਾ ਜਿਹੜਾ ਬੰਦਾ ਲੁਕਾਸ਼ ਪਾ ਕੇ ਅੰਦਰ ਉਹ ਲੈ ਕੇ ਗਿਆ, ਉਹਦਾ ਪਰਪਸ ਤਾਂ ਕਲੀਅਰ ਹੀ ਸੀਗਾ ਕਿ ਮੈਂ ਆਹ ਕੰਮ ਕਰਨ ਜਾਣਾ ਹੈ। ਦੇਖੋ ਜੀ, ਉਹਨਾਂ ਨੇ ਆਪਸ 'ਚ ਚੈਕਿੰਗ ਤਾਂ ਵਗੈਰਾ ਕੀਤੀ ਹੋਣੀ ਹੈ, ਪਰ ਇਹ ਕਿਤੇ ਨਾ ਕਿਤੇ ਬਚਾ ਕੇ ਪਿੱਛੇ ਅੱਗੇ ਉਹ ਆ ਕੇ ਇਹ ਜ਼ਰੂਰ ਗਿਆ ਹੋਣਾ, ਇਹਦੀ ਅਸੀਂ ਜਾਂਚ ਕਰ ਰਹੇ ਹਾਂ ਵੀ ਇਹ ਕਿੱਧਰੋਂ ਆਇਆ ਜੀ, ਕਿੱਧਰੋਂ ਗਿਆ ਜੀ, ਉਹਦੇ